ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਹੈ ਗਗਨਦੀਪ ਸਿੱਖ ਅਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਸ਼੍ਰੀ ਗੁਰੂ ਰਾਮਦਾਸ ਕੋਚਿੰਗ ਸੈਂਟਰ ਵੱਲੋਂ। ਆਈ ਹੋਪ ਦੋਸਤੋ ਤੁਸੀਂ ਵਧੀਆ ਹੋਵੋਗੇ, ਅਤੇ ਜਿਨ੍ਹਾਂ ਦਾ ਕੱਲ੍ਹ ਪੇਪਰ ਹੈ ਭਾਵੇਂ ਪੰਜਾਬ ਪੁਲਿਸ ਦਾ, ਪੀ ਟ੍ਰਿਪਲ ਐਸ ਬੀ ਕਲਰਕ ਦਾ, ਉਹਨਾਂ ਲਈ ਅੱਜ ਦੀ ਵੀਡੀਓ ਹੈ ਬਹੁਤ ਇੰਪੋਰਟੈਂਟ ਹੋਵੇਗੀ। ਪਹਿਲਾਂ ਵਾਲੀਆਂ ਵੀਡੀਓ ਜਿਸ ਤਰ੍ਹਾਂ ਕਿ ਮੈਂ ਪੇਪਰ ਏ ਅਤੇ ਪੇਪਰ ਬੀ ਦੀਆਂ ਦੋ ਵੀਡੀਓ ਦੇ ਦਿੱਤੀਆਂ ਹਨ, ਭਾਗ ਪਹਿਲਾ ਅਤੇ ਭਾਗ ਦੂਜਾ, ਜੇਕਰ ਨਹੀਂ ਦੇਖਿਆ ਤਾਂ ਉਸਨੂੰ ਜ਼ਰੂਰ ਦੇਖਣਾ। ਦੋਸਤੋ ਚੈਨਲ 'ਤੇ ਨਿਊ ਵਿਊਵਰ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ, ਲਾਈਕ ਕਰਨਾ, ਵੀਡੀਓ ਨੂੰ ਵਧੀਆ ਲੱਗੀ ਕਮੈਂਟ ਕਰਨਾ, ਆਪਦਾ ਰਿਸਪੋਂਸ ਦੇਣਾ ਅਤੇ ਵੱਧ ਤੋਂ ਵੱਧ ਸ਼ੇਅਰ ਕਰਨਾ ਤਾਂ ਜੋ ਇਹ ਸਾਰਿਆਂ ਤੱਕ ਪਹੁੰਚ ਸਕੇ ਜਿਨ੍ਹਾਂ ਦਾ ਵੀ ਕੱਲ੍ਹ ਪੇਪਰ ਹੈ ਜਾਂ ਆਉਣ ਵਾਲੇ ਸਮੇਂ ਵਿੱਚ ਜੋ ਪੇਪਰ ਹੋਣਗੇ ਉਹਨਾਂ ਦੇ ਲਈ। ਤਾਂ ਦੋਸਤੋ ਆਪਾਂ ਚੱਲਦੇ ਹਾਂ ਪਹਿਲੇ ਕੁਸ਼ਚਨ ਵੱਲ। ਤਾਂ ਪਹਿਲਾ ਕੁਸ਼ਚਨ ਕਹਿੰਦਾ ਹੈ ਕਿ ਕਿਸ ਕਿੱਸਾ ਨਾਇਕ ਨੇ ਇਸ਼ਕ ਦੀ ਖਾਤਰ ਕੰਨ ਪੜਵਾਏ? ਤਾਂ ਦੋਸਤੋ ਸਾਰਿਆਂ ਨੂੰ ਪਤਾ ਹੈ ਕਿ ਪੇਪਰ 'ਚ ਕੁਸ਼ਚਨ ਬਣ ਚੁੱਕਿਆ ਹੈ, ਤਾਂ ਉਸੇ ਕੁਸ਼ਚਨ ਦਾ ਹੀ ਵਿੱਚੋਂ ਆ ਗਿਆ। ਤਾਂ ਕੰਨ ਪੜਵਾਏ ਤਾਂ ਸਾਰਿਆਂ ਨੂੰ ਪਤਾ ਹੈ ਕਿ ਉਹ ਹੀਰ ਰਾਂਝਾ ਹੈ ਜੋ ਵਾਰਿਸ ਸ਼ਾਹ ਜੀ ਦੀ ਰਚਨਾ ਹੈ, ਤਾਂ ਉਸਦਾ ਕੀ ਹੋ ਗਿਆ? ਰਾਂਝਾ ਹੋ ਗਿਆ ਆਂਸਰ। ਤਾਂ ਨੈਕਸਟ ਕੁਸ਼ਚਨ ਦੀ ਗੱਲ ਕਰੀਏ ਤਾਂ ਕਹਿੰਦਾ ਹੈ ਭੱਠ ਰੰਨਾ ਦੀ ਦੋਸਤੀ ਖੁਰੀ ਜਿਨ੍ਹਾਂ ਦੀ ਮੱਤ ਕਿਸ ਕਿੱਸਾਕਾਰ ਦੀ ਪੰਕਤੀ ਹੈ? ਤਾਂ ਦੋਸਤੋ ਇਹ ਹੈ ਪਿੱਲੂ ਦੀ ਮਿਰਜ਼ਾ ਸਾਹਿਬਾਂ ਦੀ। ਉਸ ਤੋਂ ਅੱਗੇ ਗੱਲ ਕੀਤੀ ਹੈ ਸਭ ਤੋਂ ਵੱਧ ਕਿੱਸੇ ਕਿਸ ਕਵੀ ਨੇ ਰਚੇ? ਤਾਂ ਵੱਧ ਕਿੱਸਿਆਂ ਦੀ ਗੱਲ ਹੋ ਗਈ ਤਾਂ ਇੱਥੇ ਅਹਿਮਦ ਯਾਰ ਆਂਸਰ ਆਵੇਗਾ। ਦੋਸਤੋ ਅਹਿਮਦ ਯਾਰ ਨੇ ਸਭ ਤੋਂ ਵੱਧ ਕਿੱਸੇ ਲਿਖੇ। ਉਸ ਤੋਂ ਅੱਗੇ ਚੱਲਿਆ ਜਾਵੇ ਤਾਂ ਕਹਿੰਦਾ ਹੈ ਮਿਰਜ਼ਾ ਸਾਹਿਬਾਂ ਦੇ ਕਿੱਸੇ ਦਾ ਪਹਿਲਾ ਕਵੀ ਹੈ? ਤਾਂ ਹੁਣ ਮਿਰਜ਼ਾ ਸਾਹਿਬਾਂ ਦਾ ਆ ਗਿਆ, ਤਾਂ ਬਹੁਤ ਇੰਪੋਰਟੈਂਟ ਕੁਸ਼ਚਨ ਹੈ। ਤਾਂ ਦੋਸਤੋ ਪਿੱਲੂ ਨੂੰ ਯਾਦ ਰੱਖਣਾ ਹੈ ਪਿੱਲੂ ਦੇ। ਨੈਕਸਟ ਕੁਸ਼ਚਨ ਕਹਿੰਦਾ ਹੈ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸਭ ਤੋਂ ਵੱਧ ਬਾਣੀ ਦੇ ਕਰਤਾ ਹਨ? ਤਾਂ ਬਹੁਤ ਇੰਪੋਰਟੈਂਟ ਕੁਸ਼ਚਨ ਹੈ ਦੋਸਤੋ, ਗੁਰੂ ਅਰਜਨ ਦੇਵ ਜੀ ਜਾਂ ਵੱਧ ਵਾਰਾਂ ਆਉਂਦੀਆਂ ਹੁੰਦੀਆਂ ਹਨ, ਅਤੇ ਜਾਂ ਕੀ ਆ ਬਾਣੀ ਕਿਸ ਦੀ ਹੈ? ਗੁਰੂ ਅਰਜਨ ਦੇਵ ਦੀ। ਵਾਰਾਂ ਦੀ ਗੱਲ ਆ ਗਈ ਤਾਂ ਕੀ ਹੋ ਜਾਵੇਗਾ? ਗੁਰੂ ਰਾਮਦਾਸ ਜੀ ਹੋ ਜਾਵੇਗਾ। ਤਾਂ ਆਂਸਰ ਗੁਰੂ ਅਰਜਨ ਦੇਵ ਜੀ ਹੋਵੇਗਾ। ਅਗਲੀ ਗੱਲ ਕੀਤੀ ਜਾਵੇ ਤਾਂ ਕਹਿੰਦਾ ਸੂਫੀ ਮਤ ਦੇ ਸਰੋਤ ਗ੍ਰੰਥ ਹਨ? ਤਾਂ ਦੇਖੋ ਦੋਸਤੋ ਬਹੁਤ ਇੰਪੋਰਟੈਂਟ ਕੁਸ਼ਚਨ ਹੈ, ਇਸਦਾ ਆਂਸਰ ਹੈ ਕੁਰਾਨ ਅਤੇ ਹਦੀਸਾ ਕੀ ਹੈ ਸੂਫੀ ਮਤ ਦੇ ਗ੍ਰੰਥ ਹਨ। ਕਿਹੜੀ ਰਚਨਾ ਵਿੱਚ ਸੂਫੀ ਵਿਚਾਰਧਾਰਾ ਦੇ ਲੱਛਣ ਪ੍ਰਾਪਤ ਹਨ? ਤਾਂ ਦੋਸਤੋ ਇਸਦਾ ਆਂਸਰ ਹੈ ਜੰਗ ਸਿੰਘਾਂ ਅਤੇ ਅੰਗਰੇਜ਼ਾਂ ਦੇ ਵਿੱਚ ਕੀ ਹੈ ਸੂਫੀ ਵਿਚਾਰਧਾਰਾ ਕੀ ਹੈ ਇਹ ਲੱਛਣ ਮਿਲਦੇ ਆ ਸਾਨੂੰ। ਨੈਕਸਟ ਕੁਸ਼ਚਨ ਦੀ ਗੱਲ ਕੀਤੀ ਤਾਂ ਕਹਿੰਦਾ ਹੈ ਹਾਸ਼ਮ ਨੇ ਕਿੱਸਾ ਸੱਸੀ ਪੁੰਨੂ ਦੀ ਰਚਨਾ ਕੀਤੀ। ਵਾਰ ਵਾਰ ਕਰਾ ਰਿਹਾ ਕਿ ਸੱਸੀ ਪੁੰਨੂ ਹੈ ਜੋ ਹਾਸ਼ਮ ਦੀ ਰਚਨਾ ਹੈ। ਤਾਂ ਇੱਥੇ ਕੁਸ਼ਚਨ ਆਇਆ ਹੈ ਇਹ ਕਿ ਦੀ ਰਚਨਾ ਕੀਤੀ ਹੈ ਕਿਸੇ ਸੰਦ ਵਿੱਚ ਕੀਤੀ ਹੈ? ਤਾਂ ਦੋਸਤੋ ਇੱਥੇ ਸੰਦ ਦਾ ਪਤਾ ਹੋਣਾ ਜ਼ਰੂਰੀ ਹੈ, ਦਵਾਈਆ ਸੰਦ ਦੇ ਵਿੱਚ ਕੀ ਹੈ ਕੀਤੀ ਗਈ ਹੈ। ਅਗਲਾ ਕੁਸ਼ਚਨ ਕਹਿੰਦਾ ਹੈ ਮਲਾਮਤੀ ਸੰਪਰਦਾ ਨਾਲ ਕਿਹੜਾ ਸੂਫੀ ਕਵੀ ਸੰਬੰਧਿਤ ਹੈ? ਤਾਂ ਦੋਸਤੋ ਮਲਾਮਤੀ ਦੇ ਨਾਲ ਜੋ ਸੰਬੰਧਿਤ ਹੈ ਸ਼ਾਹ ਹੁਸੈਨ ਜੀ ਜੋ ਕਿ ਮਲਾਮਤੀ ਸੰਪਰਦਾ ਨਾਲ ਪ੍ਰਚਲਿਤ ਹਨ, ਇਹ ਯਾਦ ਰੱਖਣਾ ਦੋਸਤੋ, ਇਹ ਕੁਸ਼ਚਨ ਆਵੇਗਾ। ਅਗਲਾ ਕੁਸ਼ਚਨ ਕਹਿੰਦਾ ਬੁੱਲੇ ਸ਼ਾਹ ਦਾ ਸੰਬੰਧ ਕਿਸ ਸੂਫੀ ਸੰਪਰਦਾ ਨਾਲ ਹੈ? ਤਾਂ ਇਸਦਾ ਆਂਸਰ ਹੈ ਕਾਦਰੀ। ਕਾਦਰੀ ਕੀ ਹੈ ਇਸਦਾ ਰਾਈਟ ਆਂਸਰ ਹੈ ਦੋਸਤੋ। ਤਾਂ ਨੈਕਸਟ ਕੁਸ਼ਚਨ ਦੀ ਗੱਲ ਕੀਤੀ ਜਾਵੇ ਤਾਂ ਨਹੀਂ ਹੈ ਦੋਸਤੋ, ਇਹ ਕੀ ਹੈ ਤੁਹਾਡੇ ਲਈ ਬਹੁਤ ਇੰਪੋਰਟੈਂਟ ਕੁਸ਼ਚਨ, ਅੱਜ ਤੁਹਾਡੇ ਲਈ ਕੀ ਹੈ ਜ਼ਿਆਦਾ ਕੁਸ਼ਚਨ ਸੂਫੀ ਵਾਲਿਆਂ ਦੇ ਸਨ, ਕਿਉਂਕਿ ਇਹਨਾਂ ਦੇ ਵਿੱਚੋਂ ਤੁਹਾਨੂੰ ਕੁਸ਼ਚਨ ਦੇਖਣ ਨੂੰ ਮਿਲੇਗਾ, ਕਿਉਂਕਿ ਇੱਕ ਨੰਬਰ ਲੈਣਾ ਹੀ ਸਾਡੇ ਲਈ ਬਹੁਤ ਜ਼ਿਆਦਾ ਜ਼ਰੂਰੀ ਹੈ, ਕਿਉਂਕਿ ਜਦੋਂ ਜੋਬ ਲੈਣੀ ਹੁੰਦੀ ਹੈ ਤਾਂ ਉੱਥੇ ਪੁਆਇੰਟਾਂ 'ਤੇ ਜਾ ਕੇ ਗੱਲ ਅਟਕ ਜਾਂਦੀ ਹੈ। ਬਟ ਕੀ ਹੈ ਅਸੀਂ ਤਾਂ ਇੱਕ ਨੰਬਰ ਦੀ ਗੱਲ ਕਰ ਰਹੇ ਹਾਂ, ਤਾਂ ਇੱਕ ਨੰਬਰ ਲੈਣਾ ਸਾਡੇ ਲਈ ਜ਼ਰੂਰੀ ਹੈ। ਦੋਸਤੋ ਜੋ ਵੀ ਇਹਨਾਂ ਵੀਡੀਓ ਨੂੰ ਦੇਖ ਰਿਹਾ, ਜਿੰਨੇ ਵੀ ਮੈਂ ਦੇ ਰਿਹਾ ਹਾਂ, ਤਾਂ ਉਹਨਾਂ ਨੂੰ ਬਹੁਤ ਵਧੀਆ ਟਾਈਮ ਆ ਗਿਆ ਹੈ, ਉਹਨਾਂ ਦੇ ਸਾਹਮਣੇ ਕੁਸ਼ਚਨ ਵੀ ਆਉਣਗੇ ਅਤੇ ਉਹਨਾਂ ਨੂੰ ਜੋਬ ਵੀ ਮਿਲੇਗੀ। ਤਾਂ ਦੋਸਤੋ ਮਿਲਦੇ ਹਾਂ ਆਪਾਂ ਜੋ ਕੋਈ ਮੈਂ ਅਗਲੀ ਵੀਡੀਓ ਲੈ ਕੇ ਆਵਾਂਗਾ ਉਸ ਵਿੱਚ। ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ।